ਦੇਖਿਆ ਡੇਰਾ ਬਾਬਾ ਨਾਨਕ ਦੇ ਚੋਣਾਂ ਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਨੂੰ ਬੜਾ ਬੜਤ ਮਿਲਦੀ ਪਈ ਆ, ਉੱਥੇ ਹੀ ਤੁਸੀਂ ਦੇਖ ਸਕਦੇ ਜੀ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਦੀਆਂ ਤੁਸੀਂ ਦੇਖ ਸਕਦੇ ਜੀ। ਇਹ ਜਿਹੜੀਆਂ ਰੌਣਕਾਂ ਗੁਰਦੀਪ ਸਿੰਘ ਰੰਧਾਵਾ ਦੇ ਘਰ ਦੀਆਂ ਰੌਣਕਾਂ ਹੈ, ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਭੰਗੜਾ ਔਰ ਗਿੱਧਾ ਪੈ ਰਿਹਾ। ਆਪਾਂ ਗੱਲ ਵੀ ਕਰਦੇ ਉਹਨਾਂ ਦੇ ਪਰਿਵਾਰ ਦੇ ਨਾਲ। ਹਾਂਜੀ ਭੈਣ ਜੀ, ਭੈਣ ਜੀ ਕੀ ਕਹਿਣਾ ਚਾਹੁੰਦੇ ਅੱਜ ਰੰਧਾਵਾ ਸਾਹਿਬ ਅੱਜ ਜਿੱਤੇ ਨੇ? ਅਸੀਂ ਬਹੁਤ ਖੁਸ਼ ਹਾਂ, ਗੁਰਦੀਪ ਸਿੰਘ ਰੰਧਾਵਾ ਪਿੰਡ ਵਿੱਚੋਂ ਜਿੱਤੇ ਨੇ, ਡੇਰਾ ਬਾਬਾ ਨਾਨਕ ਤੋਂ ਜਿੱਤੇ ਨੇ, ਤੇ ਸਾਨੂੰ ਤੇ ਪਹਿਲਾਂ ਹੀ ਉਮੀਦ ਸੀਗੀ ਕਿ ਸਾਡੇ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਵੇਗੀ, ਤੇ ਬਹੁਤ ਬਹੁਤ ਅਸੀਂ ਖੁਸ਼ ਹਾਂ ਜੀ, ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਹੈਗੀ, ਬਹੁਤ ਖੁਸ਼ ਹਾਂ ਅਸੀਂ। ਆਪਾਂ ਹੋਰ ਵੀ ਕਰਦੇ ਇਹਨਾਂ ਦੇ ਨਾਲ ਗੱਲ, ਜਿਹੜੇ ਮੈਡਮ ਵਰਡਸ ਹੀ ਮੁੱਕਣੇ ਆ, ਬਾਕੀ ਇਹ ਵੀ ਬੜੀ ਖੁਸ਼ੀ ਹੈ ਸਾਨੂੰ, ਬਹੁਤ ਮਿਹਨਤ ਕੀਤੀ ਸੀ ਇਹਨਾਂ ਨੇ, ਤੇ ਉਹ ਮਿਹਨਤ ਦਾ ਸਾਨੂੰ ਅੱਜ ਫਲ ਮਿਲਿਆ। ਬਿਲਕੁਲ ਜੀ, ਮੇਰੀ ਮਿਹਨਤ ਇਹਨਾਂ ਦੇ ਨਾਲ ਹੀ ਚੱਲਦੀ ਰਹੀ ਹੈ, ਮੈਂ ਤੇ ਇਹ ਬਾਹਰ ਦਾ ਕੰਮ ਸਾਂਭਦੇ ਸੀ ਤੇ ਮੈਂ ਕਿਚਨ ਦਾ ਕੰਮ ਸਾਂਭਦੀ ਰਹੀ, ਮੈਂ ਕਿਸੇ ਨੂੰ ਜਿਸ ਤਰ੍ਹਾਂ ਵੀ ਕੋਈ ਆਉਂਦਾ ਸੀ ਲੰਗਰ ਪ੍ਰਸ਼ਾਦਾ ਨਾਲ ਚੱਲਦਾ ਰਿਹਾ। ਹੁਣ ਮੇਰੀ ਡਿਊਟੀ ਬਾਹਰ ਦੀ ਲੱਗੀ ਸੀ, ਉਹ ਵੀ ਮੈਂ ਪੂਰੀ ਉਹ ਤਰ੍ਹਾਂ ਹੀ ਕੀਤੀ ਹੈ, ਤੇ ਬਾਕੀ ਉਹ ਤੁਹਾਡੇ ਸਾਹਮਣੇ ਜੋ ਕੁਛ ਅਗਰ ਲੋਕਾਂ ਨੇ ਫਤਵਾ ਦਿੱਤਾ ਹੈ। ਬਿਲਕੁਲ ਜੀ ਬਿਲਕੁਲ, ਜਿੰਨਾ ਕੁ ਸਾਡੇ ਕੋਲ ਜਿੰਨਾ ਸਾਡਾ ਬੈਸਟ ਦਿੱਤਾ ਜਾਏਗਾ ਉਹ ਦੇਵਾਂਗੇ। ਫਿਲਹਾਲ ਤੇ ਅਜੇ ਤੇ ਇਹੋ ਜਿਹਾ ਸਾਡੇ ਤੇ ਕੁਝ ਨਹੀਂ ਹੈਗਾ, ਤੁਸੀਂ ਵੀ ਵੇਖਦੇ ਰੋਜ਼ ਵਿਚਰਦੇ ਜਾਣ ਕੇ, ਤੇ ਮਹਾਰਾਜ ਨਾ ਹੀ ਲਿਆਵੇ ਇਹੋ ਜਿਹਾ ਕੰਮ। ਆਪਾਂ ਗੱਲ ਵੀ ਕਰਦੇ ਹੋਰ ਜਿਹੜੇ ਇੱਥੇ ਦੇ ਪਰਿਵਾਰ ਦੇ ਵੀ ਹੈ। ਹਾਂਜੀ ਭਾਜੀ, ਕੀ ਨਾਮ ਤੁਹਾਡਾ? ਮੈਂ ਜਗਮੀਤ ਸਿੰਘ ਜੀ, ਸ਼ਾਹਪੁਰ ਜਾਜਨ। ਸਭ ਤੋਂ ਪਹਿਲਾਂ ਤਾਂ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਕਿ ਅੱਜ ਰੰਧਾਵਾ ਸਾਹਿਬ ਜਿਹੜੇ ਆ ਵਿਧਾਨ ਸਭਾ ਦੀਆਂ ਪੌੜੀਆਂ ਦੇ ਪੈਰ ਰੱਖਿਆ ਆ। ਸਭ ਤੋਂ ਪਹਿਲਾਂ ਤਾਂ ਹਲਕੇ ਦੇ ਵਾਸੀਆਂ ਦਾ, ਵੋਟਰਾਂ ਸਪੋਟਰਾਂ ਦਾ ਤਹਿ ਦਿਲ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਮਾਰਜਨ ਦੇ ਨਾਲ ਰੰਧਾਵਾ ਸਾਹਿਬ ਤੇ ਦੇ ਨਾਲ ਇਕਜੁੱਟ ਹੋ ਕੇ ਉਹਨਾਂ ਨੂੰ ਫਤਵਾ ਦਿੱਤਾ ਆ। ਇਸ ਦੇ ਨਾਲ ਹੀ ਅਸੀਂ ਵੀ ਡੋਰ ਟੂ ਡੋਰ ਕੰਪੇਨ ਕਰਕੇ ਘਰ ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰਦੇ ਰਹੇ ਹਾਂ। ਸੋ ਲੋਕਾਂ ਨੇ ਸਾਡੀ ਜੋ ਮਿਹਨਤ ਆ ਉਹਨੂੰ ਫਲ ਲਾਇਆ ਆ। ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਆ ਅਤੇ ਰੰਧਾਵਾ ਸਾਹਿਬ ਨੂੰ ਵਿਧਾਨ ਸਭਾ ਦੀ ਪੌੜੀਆਂ ਚੜ੍ਹਨ ਦਾ ਇਸ ਹਲਕੇ ਨੇ ਮੌਕਾ ਦਿੱਤਾ ਹੈ। ਕੀ ਲੱਗਦਾ ਸਹਿਯੋਗੀ ਪਾਰਟੀਆਂ ਨੇ ਵੀ ਤੁਹਾਡਾ ਸਾਥ ਦਿੱਤਾ ਸੀ, ਜਿਸ ਤਰ੍ਹਾਂ ਅਕਾਲੀ ਦਲ ਹੋ ਗਏ, ਲੰਗਾਹ ਸਾਹਿਬ ਨੇ ਸਾਥ ਦਿੱਤਾ, ਉਹਦਾ ਫਾਇਦਾ ਵੀ ਮਿਲਿਆ ਕੁਛ? ਹਾਂਜੀ ਬਿਲਕੁਲ ਜੀ, ਬਹੁਤ ਵਧੀਆ, ਬਹੁਤ ਵਧੀਆ ਫਾਇਦਾ ਹੋਇਆ ਆ ਕਿਉਂਕਿ ਵੇਖੋ ਇੱਕ ਤੇ ਇੱਕ 11 ਹੁੰਦੇ ਨੇ ਇਸੇ ਦੇ ਨਾਲ ਹੀ। ਸੋ ਉਸ ਪਾਰਟੀ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਆ। ਸੋ ਹੁਣ ਜਿੱਤ ਤੋਂ ਬਾਅਦ ਸਾਡੇ ਵਾਸਤੇ ਸਾਰੇ ਹੀ ਅਕਾਲੀ ਕਾਂਗਰਸੀ ਜੋ ਵੀ ਪਾਰਟੀਆਂ ਦੇ ਵੱਖੋ ਵੱਖ ਵਰਕਰ ਨੇ ਉਹ ਸਾਡੇ ਕੋਲ ਬਿਨਾਂ ਝਿਜਕ ਇੱਥੇ ਆਉਣਗੇ, ਰੰਧਾਵਾ ਸਾਹਿਬ ਉਹਨਾਂ ਦੇ ਵੀ ਕੰਮ ਕਰਨਗੇ ਤੇ ਅਸੀਂ 2027 ਦੇ ਵਿੱਚ ਅਸੀਂ ਇਸ ਤੋਂ ਵੱਡੀ ਲੀਡ ਦੇ ਨਾਲ ਫਿਰ ਜਿੱਤ ਪ੍ਰਾਪਤ ਕਰਾਂਗੇ। ਦੇਖਿਆ ਜਾਏ ਤਾਂ ਪਹਿਲਾਂ MLA ਨਾ ਵੀ ਹੋ ਕੇ ਉਹ ਕੰਮ ਕਰਦੇ ਰਹੇ, ਹੁਣ ਵੀ ਉਦਾਂ ਹੀ ਕੰਮ ਹੁੰਦੇ ਰਹਿਣਗੇ। ਬਿਲਕੁਲ, ਰੰਧਾਵਾ ਸਾਹਿਬ ਨੇ ਲਗਭਗ 2.5 ਸਾਲ ਹੋ ਚੱਲੇ ਨੇ, ਦਿਨ ਰਾਤ ਬਿਨਾਂ ਕਿਸੇ ਥਕਾਵਟ ਤੋਂ ਇੱਕ ਦਿਨ ਵੀ ਮਿਸ ਕੀਤਿਆਂ ਮਤਲਬ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਨੇ। ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਵੱਧ ਤੋਂ ਵੱਧ ਸੇਵਾ ਜਿਹੜੀ ਹਲਕੇ ਦੇ ਕਰਦੇ ਰਹਿਣਗੇ। ਇਹ ਦੇਖਿਆ ਤੁਸੀਂ ਰੰਧਾਵਾ ਸਾਹਿਬ ਦੇ ਘਰ ਦੇ ਵਿੱਚ ਆਪਾਂ ਆਣ ਕੇ ਜਿਹੜੀ ਉਹਨਾਂ ਨਾਲ ਗੱਲ ਵੀ ਕੀਤੀ, ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਵੀ ਕੀਤੀ ਹੈ, ਔਰ ਉਹਨਾਂ ਦੀ ਵਾਈਫ ਹੈ ਉਹਨਾਂ ਦੇ ਨਾਲ। ਹਾਂਜੀ, ਕਿੱਦਾਂ ਲੱਗਦਾ ਪਿਆ ਅੱਜ ਰੰਧਾਵਾ ਸਾਹਿਬ ਨੂੰ ਬੜਤ ਮਿਲਦੀ ਪਈ ਆ ਇਲੈਕਸ਼ਨਾਂ ਦੇ ਵਿੱਚ? ਵਧੀਆ ਲੱਗਦਾ ਪਿਆ, ਸਾਡੇ ਵੋਟਰਾਂ ਸਪੋਰਟਰਾਂ ਨੇ ਜਿੰਨਾ ਸਾਨੂੰ ਸਾਥ ਦਿੱਤਾ ਉਹਦਾ ਸਾਨੂੰ ਅੱਜ ਰਿਜ਼ਲਟ ਮਿਲ ਗਿਆ, ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਸਾਥ ਦਿੱਤਾ ਸਾਡਾ ਤੇ ਨਾਲ ਸਾਡੇ ਤੁਰੇ ਨੇ। ਤੁਹਾਡਾ ਕਿੰਨਾ ਕੁ ਸਹਿਯੋਗ ਰਿਹਾ ਰੰਧਾਵਾ ਸਾਹਿਬ ਨੂੰ ਇਹਦੇ ਵਿੱਚ? ਮੇਰਾ ਜਿੰਨਾ ਕੁ ਮੈਨੂੰ ਆਪਣਾ ਬੈਸਟ ਬਣਦਾ ਸੀ ਮੈਂ ਕਰਦੀ ਸੀ, ਤੇ ਮੇਰਾ ਪਹਿਲਾਂ ਤੇ ਮੇਰਾ ਬੈਸਟ ਹੁੰਦਾ ਸੀ ਕਿ ਮੈਂ ਕਿਚਨ 'ਚ ਕਿਸੇ ਨੂੰ ਭੁੱਖੇ ਨਹੀਂ ਸੀ ਜਾਣ ਦੇਣਾ। ਕੋਈ ਵੀ ਜਿਹੜਾ ਕੋਈ ਆਵੇ, ਭਾਵੇਂ ਕੋਈ ਪ੍ਰੈਸ ਵਾਲੇ ਆਉਣ ਦੇ, ਭਾਵੇਂ ਕੋਈ ਵਰਕਰ ਆਏ, ਭਾਵੇਂ ਕੋਈ ਵੀ ਆਵੇ, ਉਹਨੂੰ ਇੱਕ ਵੀ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਚਾਹ ਪਾਣੀ ਛਕੋ ਤੇ ਫਿਰ ਜਾਣਾ।
ਫੀਲਡ 'ਚ ਵੀ ਲੱਗੀ ਆ, ਫੀਲਡ 'ਚ ਵੀ ਗਏ ਆ, ਡੋਰ ਟੂ ਡੋਰ ਕੀਤਾ ਆ, ਲੋਕਾਂ ਨੂੰ ਲਾਮਬੰਦ ਕੀਤਾ ਵੀ ਨਾਲ ਚੱਲੋ ਸਾਡੇ, ਬੜਾ ਸਪੋਰਟ ਦਿੱਤਾ ਲੋਕਾਂ. ਹੁਣ ਡਿਊਟੀ ਕੁਛ ਜ਼ਿਆਦਾ ਵੱਧ ਜਾਣੀ ਹੈ ਕਿਉਂਕਿ ਹੁਣ MLA ਬਣ ਜਾਣੇ ਉਹਨਾਂ ਨੇ. ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ ਏਡਾ, ਲੋਕ ਸਾਥ ਦੇਣਾ ਚਾਹੀਦਾ, ਲੋਕਾਂ ਦਾ ਸਾਥ ਹੋਣਾ ਚਾਹੀਦਾ, ਤੇ ਏਡਾ ਕੋਈ ਫਰਕ ਨਹੀਂ ਪੈਂਦਾ. ਬਾਕੀ ਇਹ ਹੀ ਹੈ ਵੀ ਜਿੰਨਾ ਬੈਸਟ ਹੋਊਗਾ ਕਰਾਂਗੇ. ਇਹ ਦੇਖਿਆ ਤੁਸੀਂ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਨੇ ਕਿਹਾ ਵੀ ਜਿੰਨਾ ਕੁ ਇਹਨਾਂ ਕੋਲ ਸੇਵਾ ਲੋਕਾਂ ਦੀ ਹੋ ਸਕੇਗੀ ਕਰਨਗੇ. ਔਰ ਮੈਂ ਬਟਾਲਾ ਤੋਂ ਵਿੱਕੀ ਮਲਿਕ, ਦਾਨਮੀਟ ਚੈਨਲ.